मैं जीजा ने लड़के ये होया जी पता नहीं मैसेज तो घर हाँ दोनों मियां बीबी सानू फोन आया होने थोड़ी देर हुई पहला इस तरह ताडे घर अग लग गई ताडे साले दे घर तो अहीं ते आखिया वैसे लग गई होनी माड़ी मोटी सानू नहीं पता भी ये गल अहीं वह गल सुन के आए इत्थे आण के वेख्या ते कहिंदे इत्थे बंदे मार के चल गए मुंडे ताडे नू मार के अग लग चल गए जीजा ने लड़के ये होया जी पता नहीं मैसेज तो घर हाँ दोनों मियां बीबी सानू फोन आया होने थोड़ी देर हुई पहला इस तरह ताडे घर अग लग गई ताडे साले दे घर तो अहीं ते आखिया वैसे लग गई होनी माड़ी मोटी सानू नहीं पता भी ये गल अहीं वह गल सुन के आए इत्थे आण के वेख्या ते कहिंदे इत्थे बंदे मार के चल गए मुंडे ताडे नू मार के अग लग चल गए होर सानू एक गल अहीं वादियों आए सानू बाकी गल का नहीं पता बाकी वो तो हुण इत्थों पता लगेगा कि की होया गली महल्ले वालों नू पता होना किदां आया किदां नहीं अभी तो हमने आए सारे जने इलामाबाद थाने किशनकोट आ रमेश कुमार ही नाम का लड़का उम्र अड़ी 33 साल थी तो ये बाप का नाम थी नैत कुमार ये दिने इतने मर्डर होया उस संबंध आए तफ्तीश करते हैं वेरीफाई करते हैं की होया हाँ वेरीफाई कर रहे हैं दिन का वाकया वा ਕਿਹੜੇ ਨਾਲ ਸੀ ਇਹਦੇ ਕਿਹੜੇ ਬੰਦੇ ਆਏ ਸੀ ਇਹਦੇ ਕੋਲ ਕਿਹੜੇ ਗਏ ਨੇ ਉਹ ਟਰੇਸ ਕਰ ਜਲਦੀ ਕਰ ਮੇਰੇ ਭਰਾ ਨੇ ਕਿਸੇ ਨੇ ਮਾਰਤਾ ਵਾ ਕਿਸੇ ਨੇ ਅੰਦਰ ਪਹਿਲਾਂ ਉਹਦਾ ਸ਼ਰਾਬ ਪੀਤੀ ਹੈ ਸ਼ਰਾਬ ਪੀ ਕੇ ਮੁੜ ਕੇ ਇਹਨੇ ਮਾਰ ਕੁਟਾਈ ਕੀਤੀ ਔਰ ਕੋ ਪੈਸੇ ਖਿੱਚੇ ਆ ਔਰ ਕੋ ਮੋਬਾਈਲ ਹੀ ਵੱਡਾ ਮੋਬਾਈਲ ਦਾ ਪਤਾ ਨਹੀਂ ਕੋ ਲੈ ਕੇ ਖੋ ਕੇ ਕੀ ਕੀਤਾ ਵਾ ਮੁੜ ਕੇ ਉਹਨੂੰ ਮਾਰਿਆ ਵਾ ਉਹਦੇ ਖੂਨ ਦੇ ਠੱਬੇ ਪੈਰਾਂ ਦੇ ਲੱਗੇ ਇੱਕ ਇੰਜ ਪੱਬ ਚੁੱਕ ਕੇ ਤੁਰਦਾ ਹੋਇਆ ਇੱਕ ਪੈਰ ਉਹਦੇ ਥੱਲੇ ਲੱਗਦਾ ਇੱਕ ਪੱਬ ਨਾਲ ਤੁਰਦਾ ਵਾ ਉਹਦੇ ਪੱਬ ਦੇ ਨਿਸ਼ਾਨ ਉਹਦੇ ਪੈਰ ਦੇ ਉਹਨੂੰ ਮਤਲਬ ਬਾਹਰ ਆਉਣ ਲੱਗਾ ਉਹਨਾਂ ਨੇ ਧੂ ਕੇ ਉਹਨੂੰ ਪਿਛਲੇ ਕਮਰੇ 'ਚ ਖੜਿਆ ਵਾ ਪਿਛਲੇ ਕਮਰੇ 'ਚ ਖੜ ਕੇ ਫਿਰ ਉਹਨਾਂ ਨੇ ਅੱਗ ਲਾ ਦਿੱਤੀ ਹੈ ਉਹਨਾਂ ਨੇ ਆਪਣਾ ਸਬੂਤ ਮਟਾਤਾ ਵਾ ਕਿ ਸਾਡਾ ਸਬੂਤ ਨਾ ਨਿਕਲੇ ਵੀ ਅਸੀਂ ਆਪਣੇ ਲੋਕ ਖਤਮ ਕਰਤਾ ਕੰਮ ਇਹਨਾਂ ਨੇ ਪਤਾ ਵੀ ਜਿਹੜੇ ਮਗਰ ਬੈਠੇ ਨੇ ਉਹ ਲੱਭਣਗੇ ਨਹੀਂ ਉਹ ਤਾਂ ਪਤਾਲ ਜੋ ਬੰਦਾ ਲੱਭ ਲੈਂਦੇ ਨੇ ਤੁਸੀਂ ਕੀ ਚੀਜ਼ ਹੋ ਤੁਸੀਂ ਮੰਗ ਕਰਦੇ ਸਰਕਾਰ ਕੋਲ ਮੈਂ ਮੰਗ ਕਰਦੇ ਹਾਂ ਇਨਸਾਫ ਚਾਹੀਦਾ ਹਾਂ ਇਨਸਾਫ ਚਾਹੀਦਾ ਵਾ ਮੈਨੂੰ ਇਨਸਾਫ ਚਾਹੀਦਾ ਮੇਰਾ ਅੰਗਹੀਣ ਭਰਾ ਮਰ ਗਿਆ ਵਾ ਮੇਰਾ ਅੰਗਹੀਣ ਆ ਕਿੰਨੀ ਉਮਰ ਸੀ ਤੁਹਾਡੇ 30 ਸਾਲ ਦੀ 30 ਸਾਲ ਤੱਕ ਕਿੰਨੇ ਬੰਦੇ ਵਿਅਕਤੀਆਂ ਦਾ ਕੰਮ ਹੋ ਸਕਦਾ ਹੈ ਇਹ ਤਿੰਨ 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 ਬੰਦਿਆਂ ਦਾ ਕੰਮ ਹੋ ਸਕਦਾ ਤਿੰਨ ਚਾਰ ਸ਼ੱਕੀ ਤੁਹਾਨੂੰ ਪਤਾ ਲੱਗਦਾ ਸ਼ੱਕੀ ਬੰਦਾ ਮੈਨੂੰ ਪਤਾ ਵਾ ਉਹਦਾ ਮੁੰਡੇ ਦਾ ਨਾਮ ਮੈਨੂੰ ਨਹੀਂ ਪਤਾ ਮੈਂ ਤਾਂ 4 ਮਹੀਨੇ ਬਾਅਦ ਆਈ ਹਾਂ ਬਵਾਦੀ ਰਹਿੰਦੀ ਆ 5 ਮਿੰਟਾਂ ਬਾਅਦ 5 ਮਿੰਟਾਂ ਤੱਕ ਆਈ ਹਾਂ ਮੈਂ ਇੱਥੇ ਐਕਟਿਵਾ ਦੌੜਦੀ ਕੋਈ ਉਹਦਾ ਕੋਈ ਨਾਮ ਕੋਈ ਡਰੈਸ ਤੁਹਾਨੂੰ ਪਤਾ ਉਸ ਦਾ ਅਣੂ ਉਹਦਾ ਕੀ ਨਾਮ ਮੁੰਡੇ ਦਾ ਸਾਬੀ ਸਾਬੀ ਨਾਮ ਹੈ ਮੁੰਡੇ ਦਾ ਸਾਬੀ ਹੈ ਇੱਥੇ ਟੈਂਪੂ ਚਲਾਉਂਦਾ ਨਾ ਸਾਬੀ ਹੈਗਾ ਜੇ ਮੈਨੂੰ ਇੰਨਾ ਪਤਾ ਉਹਨੇ ਮਾਰਿਆ ਉਹਨੇ ਇਹ ਕੋ ਲਾ ਕੇ ਇੱਕ ਪੈਸਾ ਬਣਾਵਾ ਮੇਰਾ ਭਰਾ ਸ਼ਾਹ ਆ ਸ਼ਾਹ ਕਈ 500 ਮੰਗਦਾ 1000 ਮੰਗਦਾ ਲੋੜ ਪੂਰੀ ਕਰਦਾ ਅੱਜ ਮੈਨੂੰ ਕਹਿਣ ਦਿਆ ਸੀ ਕਹਿੰਦਾ ਦੀਦੀ ਆਰਟੀਫਿਸ਼ਲ ਜੁਲਰੀ ਦਾ ਆ ਗਏ ਆਰਟੀਫਿਸ਼ਲ ਜੁਲਰੀ ਦਾ ਕੰਮ ਕਰਦਾ ਸੀ ਮੈਨੂੰ ਕਹਿੰਦਾ ਦੀਦੀ ਤੈਨੂੰ ਪੈਸੇ ਦੀ ਲੋੜ ਨਹੀਂ ਤੇ ਦਮਾ ਮੈਂ ਨਹੀਂ ਮੈਨੂੰ ਪੈਸੇ ਦੀ ਲੋੜ ਨਹੀਂ ਮੈਨੂੰ ਤੇਰੀ ਲੋੜ ਤੂੰ ਮੈਨੂੰ ਮਿਲ ਜਾ ਕਹਿੰਦਾ ਦੀਦੀ ਮੈਂ ਆਉਣ ਲੱਗਾ ਤੂੰ ਘਰ ਆ ਮੈਂ ਕੁਕਿੰਗ ਦਾ ਕੰਮ ਕਰਨੀ ਆ ਮੈਂ ਅੱਜ ਛੁੱਟੀ ਕੀਤੀ ਸੀ ਮੈਂ ਮੇਰੇ ਭਰਾ ਨੇ ਆਣਾ ਮੈਨੂੰ ਮਿਲਣ ਵਾਸਤੇ ਤੇ ਉਹ ਆਇਆ ਨਹੀਂ ਮੈਂ ਡੀਕਦੀ ਰਹਿ ਗਈ ਮੈਂ ਫੋਨ ਕੀਤੇ ਨਹੀਂ ਚੁੱਕੇ ਉਹਨੇ ਮੇਰੇ ਫੋਨ ਮੈਨੂੰ ਜੋਤਿਸ਼ ਆਰ ਕੇ ਸ਼ਾਸਤਰੀ ਰੋਹਾਨੀ ਤੇ ਕਾਲੇ ਇਲਮ ਦੇ ਮਾਹਿਰ 72 ਘੰਟਿਆਂ ਵਿੱਚ ਘਰ ਬੈਠੇ ਹਰ ਤਰ੍ਹਾਂ ਦਾ ਸਮਾਧਾਨ ਵਸ਼ੀਕਰਨ ਕਰਨਾ ਜਾਂ ਤੋੜਨਾ ਪਿਆਰ ਵਿੱਚ ਧੋਖਾ ਲਵ ਮੈਰਿਜ ਪਤੀ ਪਤਨੀ ਵਿੱਚ ਅਣਬਣ ਸੌਤਨ ਦੁਸ਼ਮਣ ਦਾ ਨਾਸ਼ ਧੋਖਾ ਖਾਦੇ ਲੋਕ ਸਾਨੂੰ ਇੱਕ ਵਾਰ ਜ਼ਰੂਰ ਫੋਨ ਕਰਨ 81468 13896 81468 13896